माता जी मैं सोच रहा थानू दरबार साहब दर्शन करा लिया। हाँ जी कदों चलना है जी? बस टिकट करा लेने, बहुत देर हो गया, कोठी चक्कर जा नहीं सके, निकल नहीं सके। हाँ जी वाहेगुरु जी का खालसा वाहेगुरु जी की फतेह। चाह पानी हो रहा है बस। मैं भी बस वॉक वास्ते निकलिया सी ते मैं सोचा चलो चल के। वीर जी बड़ा चंगा किया तुसी आ गए, मैं फोन करन ही लगा सी तुहानू। क्यों की गल? ओ मेरी कार गई है जरा गैरेज, तुसी इस तरह करना कल मैंने अपनी कार च नाल जरा गुरुद्वारे ले जाना। गुरुद्वारे गड्डी च? वीर जी गुरुद्वारा दे घर दे बड़े नेड़े है, उते पैदल ही जाईदा है। की गल पैर ठीक ते है तुसी गड्डी च जाना चाह रहे हो? ओ पैर यार सब ठीक है गे, मैं जरा चौंक वाले गुरुद्वारे जाना। ਵੱਡੇ ਚੌਂਕ ਵਾਲੇ ਗੁਰਦੁਆਰੇ? ਮਤਲਬ ਗੁਰਦੁਆਰਾ ਹੈ ਨਾ ਨੇੜੇ ਵੀਰ ਜੀ? ਵੀਰ ਜੀ ਉੱਥੇ ਦੀ ਬਹੁਤ ਮਹੰਤਾ ਹੈ, ਤੁਸੀਂ ਸੁਣਿਆ ਨਹੀਂ ਕਦੇ ਉੱਥੇ ਦੇ ਬਾਰੇ? ਮਹੰਤਾ ਹੈ ਮਤਲਬ ਇਹ ਵੀ ਗੁਰਦੁਆਰਾ ਉਹ ਵੀ ਗੁਰਦੁਆਰਾ। ਵੀਰ ਜੀ ਹੱਥ ਜੋੜੇ ਤੁਹਾਡੇ, ਗੁਰਦੁਆਰੇ ਬਾਰੇ ਕੁਛ ਨਾ ਕਹਿਣਾ, ਤੁਹਾਨੂੰ ਹਿੰਨਿਆ ਨਹੀਂ ਪਤਾ ਇਤਨੀ ਮਹੱਤਤਾ ਉੱਥੇ। 250-250 ਕਿਲੋਮੀਟਰ ਤੋਂ ਲੋਕ ਉੱਥੇ ਆਉਂਦੇ ਹੈ ਰੋਜ਼ ਬਿਨ ਨਾਗਾ। ਤੁਸੀਂ ਲੈ ਕੇ ਜਾਣਾ ਕਿ ਨਹੀਂ ਮੈਨੂੰ? ਅਰੇ ਨਹੀਂ ਨਹੀਂ ਵੀਰ ਜੀ, ਨਾਰਾਜ਼ ਕਿਉਂ ਹੋ ਰਹੇ ਹੋ? ਲੈ ਜਾਵਾਂਗਾ ਤੁਹਾਨੂੰ, ਤੁਸੀਂ ਜਾਣਾ ਤਾਂ ਲੈ ਜਾਵਾਂਗਾ ਮੈਂ। ਥੈਂਕ ਯੂ ਸੋ ਮਚ। ਸਵੇਰੇ ਆ ਕੇ ਤੁਹਾਨੂੰ ਲੈ ਜਾਵਾਂਗਾ। ਥੈਂਕ ਯੂ ਸੋ ਮਚ। ਉਹ ਹਾਂ ਜਿਸ ਗੱਲ ਪਿੱਛੇ ਆਇਆ ਸੀ, ਬਹੁਤ ਬਹੁਤ ਵਧਾਈਆਂ ਜੀ ਤੁਹਾਨੂੰ ਇਹ ਨਵੇਂ ਮਕਾਨ ਲਈ। ਮਿਹਰਬਾਨੀ ਜੀ, ਇਹ ਸਭ ਮਾਤਾ ਜੀ ਦੇ ਥਾਪੜੇ ਕਰਕੇ ਹੈਗਾ। ਮਾਤਾ ਜੀ ਨੇ ਕਿਹਾ ਸੀ 1 ਸਾਲ ਅੰਦਰ ਕੋਠੀ ਬਣ ਜਾਣੀ ਹੈ ਤੇਰੀ। ਅੱਛਾ, ਸਾਲ ਛੱਡੋ ਪਹਿਲਾਂ ਹੀ ਬਣ ਗਈ, ਮਾਤਾ ਜੀ ਦਾ ਥਾਪੜਾ ਪੂਰਾ ਹੋ ਗਿਆ। ਇਹ ਸਭ ਮਾਤਾ ਜੀ ਦਾ ਆਸ਼ੀਰਵਾਦ ਹੈਗਾ ਜੀ। ਅੱਛਾ, ਤੇ ਇਹ ਮਾਤਾ ਜੀ ਦੇ ਆਸ਼ੀਰਵਾਦ ਦੇ ਥਾਪੜੇ ਨਾਲ ਹੋਇਆ ਹੈ? ਵੀਰ ਜੀ ਤੁਹਾਨੂੰ ਪਤਾ ਮੇਰੀ ਇੰਨੀ ਉਮਰ ਹੋ ਗਈ ਹੈ, ਹਾਲੇ ਤੱਕ ਮੈਂ ਇੱਕ ਮਕਾਨ ਨਹੀਂ ਬਣਾ ਪਾਇਆ। ਮੈਨੂੰ ਵੀ ਆਸ਼ੀਰਵਾਦ ਦਾ ਥਾਪੜਾ ਦਵਾਓ, ਮੇਰਾ ਵੀ ਮਕਾਨ ਬਣ ਜਾਏ। ਲੈ ਵੀ ਕੋਈ ਪੁੱਛਣ ਦੀ ਗੱਲ ਹੈ? ਮਾਤਾ ਜੀ ਹੈਗੇ ਨਾ, ਆਸ਼ੀਰਵਾਦ ਲੈ ਲਓ ਤੁਸੀਂ। ਮਾਤਾ ਜੀ ਮੈਨੂੰ ਵੀ ਤੁਹਾਡੇ ਆਸ਼ੀਰਵਾਦ ਵਾਲਾ ਥਾਪੜਾ ਚਾਹੀਦਾ, ਮੈਂ ਵੀ ਮਕਾਨ ਬਣਾਉਣਾ ਹੈ। ਆਓ ਪੁੱਤਰ ਜੀ, ਤੁਹਾਨੂੰ ਵੀ ਆਸ਼ੀਰਵਾਦ ਦਿੰਦੀ ਹਾਂ, ਰੱਬ ਕਰੇ ਤੁਹਾਡੀ ਸਭ ਮੁਰਾਦਾਂ ਪੂਰੀਆਂ ਹੋਣ। ਨਹੀਂ 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 ਨਹੀਂ, ਇੱਥੇ ਨਹੀਂ, ਉਹ ਜੋ ਤੁਹਾਡਾ ਪੁਰਾਣਾ ਵਾਲਾ ਮਕਾਨ ਹੈ ਨਾ ਉੱਥੇ ਚਲੋ, ਉੱਥੇ ਚੱਲ ਕੇ ਮੈਨੂੰ ਥਾਪੜਾ ਦੇਣਾ, ਤਾਂ ਹੀ ਮੇਰੀ ਕੋਠੀ ਬਣੇਗੀ, ਮੈਂ ਤੁਹਾਨੂੰ ਕਹਿ ਰਿਹਾ। ਉਹ ਵਾਲੇ ਮਕਾਨ 'ਤੇ? ਕਮਾਲ ਦੀ ਗੱਲ ਕਰਦੇ ਹੋ ਯਾਰ, ਇੱਥੇ ਥਾਪੜਾ ਲੈ ਲਓ ਸਾਹਮਣੇ ਤੁਸੀਂ ਮਾਤਾ ਜੀ ਕੋਲੋਂ। ਨਹੀਂ ਨਹੀਂ ਵੀਰ ਜੀ, ਤੁਹਾਨੂੰ ਮਾਤਾ ਜੀ ਨੇ ਕਿੱਥੇ ਬੈਠ ਕੇ ਆਸ਼ੀਰਵਾਦ ਦਿੱਤਾ ਸੀ? ਉਹ ਪੁਰਾਣੇ ਮਕਾਨ ਵਿੱਚ ਨਾ, ਮੈਨੂੰ ਉੱਥੇ ਹੀ ਚੱਲ ਕੇ ਆਸ਼ੀਰਵਾਦ ਜੀ ਦੇ, ਤਾਂ ਕਿ ਮੇਰੀ ਵੀ ਨਵੀਂ ਕੋਠੀ ਬਣੇ, ਮੇਰਾ ਵੀ ਮਕਾਨ ਬਣੇ। ਪਲੀਜ਼ ਵੀਰ ਜੀ। ਯਾਰ ਕਮਾਲ ਦੀ ਗੱਲ ਕਰਦੇ ਹੋ, ਉਸ ਲਈ ਮਕਾਨ ਬਣਿਆ ਸੀਗਾ, ਹੁਣ ਮਾਤਾ ਜੀ ਤੁਹਾਡੇ ਸਾਹਮਣੇ ਬੈਠੇ ਨੇ, ਇੱਥੇ ਆਸ਼ੀਰਵਾਦ ਲੈ ਲਓ ਇਹਨਾਂ ਤੋਂ। ਮੈਂ ਇੱਥੇ ਕੀ ਕਰਨਾ, ਤੁਹਾਡਾ ਤਾਂ ਉੱਥੇ ਹੀ ਪੂਰਾ ਹੋਇਆ ਸੀ ਨਾ, ਮੈਨੂੰ ਮਾਤਾ ਜੀ ਤਾਂ ਉਸੇ ਜਗ੍ਹਾ ਤੇ ਚੱਲ ਕੇ ਉੱਥੇ ਹੀ ਮੈਨੂੰ ਆਸ਼ੀਰਵਾਦ ਦਾ ਥਾਪੜਾ ਚਾਹੀਦਾ, ਤਾਂ ਹੀ ਮੇਰਾ ਫਲੈਟ ਬਣੇਗਾ। ਕਮਾਲ ਕਰਦੇ ਤੁਸੀਂ, ਗੱਲਾਂ ਕਿਦਾਂ ਦੀ ਕਰਦੇ ਜਾਂਦੇ? ਉਹ ਮਾਤਾ ਜੀ ਤਾਂ ਉਹੀ ਹੈਗੇ ਨਾ ਜਿਨ੍ਹਾਂ ਨੇ ਆਸ਼ੀਰਵਾਦ ਦਿੱਤਾ ਹੈ। ਮਾਤਾ ਜੀ ਉਹੀ ਹਨ, ਹੈ ਨਾ? ਤੇ ਵੀਰ ਜੀ ਜਦੋਂ ਅਸੀਂ ਗੁਰਦੁਆਰੇ ਦੀ ਗੱਲ ਕਰੀਏ, ਤੁਸੀਂ ਕਹਿੰਦੇ ਹੋ ਉੱਥੇ ਮੁਰਾਦ ਪੂਰੀ ਹੋਣੀ ਤੇ ਇੱਥੇ ਨਹੀਂ ਹੋਣੀ ਹੈ, ਤੁਸੀਂ ਆਪਣੇ ਆਪ ਸੋਚੋ, ਇਹ ਗੱਲ ਕੋਈ ਸਹੀ ਹੈ? ਅਸੀਂ ਤਾਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਹੀ ਮੰਨਦੇ ਹਾਂ ਨਾ, ਤੇ ਉਸ ਗੁਰਦੁਆਰੇ ਤੇ ਇਸ ਗੁਰਦੁਆਰੇ 'ਚ ਅਲੱਗ ਹਨ ਮਹਾਰਾਜ? ਨਹੀਂ ਨਾ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਸਰੂਪ ਜਿੱਥੇ ਵੀ ਵਿਰਾਜਮਾਨ ਹੈ, ਉਹ ਇੱਕੋ ਜਿਹੀ ਮਹੱਤਤਾ ਹੈ, ਇੱਕੋ ਜਿਹੀ ਮਾਨਤਾ ਹੈ ਉਸਦੀ। ਅਸੀਂ ਉਲਟਾ ਭਰਮਾਂ 'ਚ ਪਾਈ ਜਾ ਰਹੇ ਹਾਂ ਸਾਰਿਆਂ ਨੂੰ, ਕਿਸੇ ਦੀ ਕਿੱਥੇ ਉਹਦੀ ਮੁਰਾਦ ਪੂਰੀ ਹੋ ਜਾਂਦੀ ਹੈ, ਕੁਦਰਤੀ ਜਿਸ ਤਰ੍ਹਾਂ ਭਾਣਾ ਵਰਤਣਾ ਉਹ ਹੋ ਜਾਂਦੀ ਹੈ, ਦੂਜੇ ਦੀ ਨਹੀਂ ਆਉਂਦੀ ਤਾਂ ਫਿਰ ਸ਼ਰਧਾ ਟੁੱਟਦੀ ਹੈ, ਐਵੇਂ ਅਸੀਂ ਸ਼ਰਧਾ ਤੋੜੀ ਜਾਂਦੇ ਹਾਂ ਸਭ ਦੇ। ਨਾਲੇ ਇੱਕ ਗੁਰਸਿੱਖ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੱਗੇ ਮੱਥਾ ਟੇਕਦਾ ਅਤੇ ਹਮੇਸ਼ਾ ਚੜ੍ਹਦੀ ਕਲਾ 'ਚ ਰਹਿੰਦਾ ਹੈ, ਹੈ ਨਾ? ਵੀਰ ਜੀ ਤੁਸੀਂ ਆਪਣੇ ਆਪ ਦੱਸੋ, ਮਹਾਰਾਜ ਜੀ ਦਾ ਸਰੂਪ ਇੱਕੋ ਹੀ ਹੈ ਅਤੇ ਅਲੱਗ ਗੁਰਦੁਆਰੇ ਅਲੱਗ ਇੰਪੋਰਟੈਂਸ ਕਿਉਂ? ਹਾਂ, ਆਪਣਾ ਇਤਿਹਾਸ ਜਾਣਨ ਲਈ ਇਤਿਹਾਸਿਕ ਗੁਰਦੁਆਰੇ ਜਾਓ, ਜ਼ਰੂਰ ਜਾਓ, ਤੁਹਾਨੂੰ ਤੁਹਾਡਾ ਇਤਿਹਾਸ ਪਤਾ ਚੱਲੇਗਾ। ਲੇਕਿਨ ਅਗਰ ਤੁਸੀਂ ਸੋਚੋ ਕਿ ਉੱਥੇ ਮੇਰੀ ਮੰਨਤ ਪੂਰੀ ਹੋਏਗੀ, ਮੇਰੀ ਮੁਰਿਆਦ ਪੂਰੀ ਹੋਏਗੀ, ਇਹ ਗੱਲ ਤਾਂ ਸਹੀ ਨਹੀਂ ਹੈ ਨਾ। ਮਹਾਰਾਜ ਤਾਂ ਸਭ ਜਗ੍ਹਾ ਇੱਕੋ ਜਿਹੇ ਹਨ ਨਾ, ਤੁਸੀਂ ਸਮਝ ਰਹੇ ਹੋ ਨਾ ਮੈਂ ਕੀ ਕਹਿ ਰਿਹਾ? ਸਮਝ ਗਿਆ ਵੀਰ ਜੀ, ਤੁਸੀਂ ਮੇਰੀ ਅੱਖਾਂ ਖੋਲਤੀਆਂ, ਮੈਂ ਤਾਂ ਕਦੀ ਸੋਚਿਆ ਹੀ ਨਹੀਂ ਸੀਗਾ। ਚਲੋ ਕੋਈ ਗੱਲ ਨਹੀਂ, ਹੁਣ ਤਾਂ ਸਮਝ ਆ ਗਈ ਨਾ। ਅੱਛਾ ਤੇ ਗੱਲ ਦੱਸੋ ਫਿਰ, ਹੁਣ ਮਾਤਾ ਜੀ ਦਾ ਆਸ਼ੀਰਵਾਦ ਇੱਥੇ ਲਵਾਂਗੇ, ਪੁਰਾਣੇ ਘਰ ਲੈ ਕੇ ਚੱਲ ਰਹੇ ਆਸ਼ੀਰਵਾਦ ਦਿਵਾਉਣ ਵਾਸਤੇ? ਹਾਂ ਵੀਰ ਜੀ, ਇੱਥੇ ਲੈ ਲਓ ਹੁਣ ਤੁਸੀਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।